ਹੈਲੋ ਫਰੈਂਡਸ ਇੱਕ ਵਾਰ ਫਿਰ ਤੋਂ ਤੁਹਾਡਾ ਮੇਰੇ YouTube ਚੈਨਲ ਲੈਟਸ ਡੂ ਇਟ ਤੇ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਚੰਦਰਪਾਲ ਅੱਜ ਦਾ ਜਿਹੜਾ ਵੀਡੀਓ ਹੈ ਉਹ ਪ੍ਰਾਇਮਰੀ ਕਲਾਸਿਸ ਦੇ ਜਿਹੜੇ ਸਟੂਡੈਂਟ ਨੇ ਉਹਨਾਂ ਦੇ ਲਈ ਮੋਸਟ ਇੰਪੋਰਟੈਂਟ ਨੇ ਜਿਹੜੇ ਟੀਚਰਸ ਇਸ ਵੀਡੀਓ ਨੂੰ ਵੇਖ ਰਹੇ ਨੇ ਉਹ ਵੱਧ ਤੋਂ ਵੱਧ ਇਸ ਨੂੰ ਸ਼ੇਅਰ ਕਰਨ ਕਿਉਂਕਿ ਉਹ ਇੱਕ ਵੀਡੀਓ ਨੂੰ ਸ਼ੇਅਰ ਕਰਨ ਦੇ ਨਾਲ ਉਹਨਾਂ ਦੇ ਜਿਹੜੇ ਮਾਪੇ ਨੇ ਉਹ ਆਪਣੇ ਬੱਚਿਆਂ ਨੂੰ ਜੇਕਰ ਮੋਬਾਈਲ ਦੀ ਉਹਨਾਂ ਦੇ ਕੋਲ ਸਹੂਲਤ ਨਹੀਂ ਹੈ ਤਾਂ ਘਰਾਂ ਦੇ ਵਿੱਚ ਆਪਣੇ TV ਦੀ ਸਹੂਲਤ ਜ਼ਰੂਰ ਹੋਏਗੀ ਤਾਂ ਪੰਜਾਬ ਸਰਕਾਰ ਨੇ ਇੱਕ ਬਹੁਤ ਹੀ ਵੱਡੀ ਪਹਿਲ ਕੀਤੀ ਹੈ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਹੁਣ ਨਵੇਕਲਾ ਉਪਰਾਲਾ ਕੀਤਾ ਗਿਆ ਹੈ ਜਿਹੜੇ DD ਪੰਜਾਬੀ ਦੇ ਜਿੰਨੇ ਵੀ ਚੈਨਲਸ ਨੇ ਉਹ ਚਾਹੇ ਜੋ ਵੀ ਆਪਰੇਟਰਸ ਹੋਣ ਉਸ ਦੇ ਉੱਤੇ ਤੁਸੀਂ ਆਪਣੇ ਬੱਚਿਆਂ ਨੂੰ ਜਿਹੜੀ ਇਹ ਕਲਾਸਿਸ ਹੈ ਜੀ ਉਹ ਵੀ ਖਾ ਸਕਦੇ ਹੋ ਉਹਨਾਂ ਦਾ ਸ਼ਡਿਊਲ ਕਿਸ ਤਰੀਕੇ ਦਾ ਰਹੇਗਾ ਇਹ ਆਪਾਂ ਇਸ ਵੀਡੀਓ 'ਚ ਵੀ ਡਿਸਕਸ ਕਰਾਂਗੇ ਜੇਕਰ ਤੁਸੀਂ ਹਾਲੇ ਵੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਜ਼ਰੂਰ ਦਬਾ ਦਿਓ ਜੀ ਤਾਂ ਜੀ ਚੈਨਲ ਜਿਹੜਾ ਡੀਡੀ ਪੰਜਾਬੀ ਦਾ ਹੈ ਉਹ ਅਸੀਂ ਸਾਰੇ ਵੇਖਦੇ ਹਾਂ ਇਹ ਡੀਡੀ ਪੰਜਾਬੀ ਦਾ ਜਿਹੜਾ ਚੈਨਲ ਹੈ ਇਹ ਟੈਰਾਸਕਾਈ ਉੱਤੇ ਉਹ 19101 ਜਿਆ ਨੰਬਰ ਚੈਨਲ ਕਰਕੇ ਹੋਏਗਾ ਤੇ ਤੁਸੀਂ ਚੈਨਲ ਯਾਦ ਰੱਖ ਲਓ ਜੀ ਡੀਜੀ ਡੀਡੀ ਪੰਜਾਬੀ ਹੈ ਜਿਹੜਾ ਵੀ ਤੁਹਾਡੇ ਕੋਲ ਡਿਸਟੀਵੀ ਹੈ ਆਪਣੇ ਫ੍ਰੀ ਵਾਲਾ ਹੈ ਜਾਂ ਡੀਟੀਐਚ ਵਾਲਾ ਹੈ ਜੀ ਆਪਣੇ ਡੀਟੀਐਚ ਵਾਲਾ ਸਾਰਿਆਂ ਦੇ ਘਰੇ ਵਿੱਚ ਹੋਏਗਾ ਜਿਨ੍ਹਾਂ ਦੇ ਫ੍ਰੀ ਆਫ ਕੋਸਟ ਚੱਲਦਾ ਹੈ ਜੀ ਤਾਂ ਤੁਸੀਂ ਆਪਣੇ ਬੱਚਿਆਂ ਨੂੰ ਇਹ ਦੱਸ ਸਕਦੇ ਹੋ ਕਿ ਬੱਚਿਆਂ ਨੂੰ ਤੁਸੀਂ ਆ ਚੈਨਲ ਓਪਨ ਕਰਕੇ ਦੇ ਦੇਣਾ ਜੀ ਉਹ ਇਹ ਜਿਹੜਾ ਆਪਣੇ ਕਲਾਸਿਸ ਹੋਣਗੀਆਂ ਇਹ ਤੀਜੀ ਕਲਾਸ ਤੋਂ ਲੈ ਕੇ ਪੰਜਵੀਂ ਕਲਾਸ ਦੀਆਂ ਜਿੰਨੀ ਵੀ ਸਾਰੀ ਕਲਾਸਿਸ ਹੋਣਗੀਆਂ ਜੀ ਉਹਨਾਂ ਦਾ ਕੀ ਸ਼ਡਿਊਲ ਰਹੇਗਾ ਇਹ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਇਹ ਕਿਸ ਤਰੀਕੇ ਦੇ ਨਾਲ ਰਹਿਣਗੀਆਂ ਕੀ ਟਾਈਮ ਟੇਬਲ ਹੋਏਗਾ ਕਿਹੜੀ ਕਲਾਸ ਦਾ ਸਿਲੇਬਸ ਉਹਨਾਂ ਨੇ ਕੰਪਲੀਟ ਕਰਨਾ ਕੀ ਹੈ ਤਾਂ ਤੁਸੀਂ ਮੰਨ ਕੇ ਚਲੋ ਤੀਜੀ ਕਲਾਸ ਤੋਂ ਲੈ ਕੇ ਪੰਜਵੀਂ ਕਲਾਸ ਦੀ ਉਹ ਕਲਾਸਿਸ ਹੋਣਗੀਆਂ ਕਿੰਨਾ ਟਾਈਮ ਪੀਰੀਅਡ ਹੋਏਗਾ ਜੀ ਉਹ ਆਪਾਂ ਵੇਖ ਲੈਨੇ ਆਂ ਤਾਜੀ ਕਲਾਸਾਂ ਦਾ ਟਾਈਮ ਟੇਬਲ ਕਿਸ ਤਰੀਕੇ ਦੇ ਨਾਲ ਰਹੇਗਾ ਇਹ ਆਪਾਂ ਵੇਖ ਲੈਨੇ ਹਾਂ ਕਲਾਸਿਸ ਜਿਹੜੀਆਂ ਸ਼ਡਿਊਲ ਟੂ ਟੈਲੀਕਾਸਟ ਔਨ ਡੀਟੀਐ ਚੈਨਲ ਡੀਡੀ ਪੰਜਾਬੀ ਥਰੂ ਦੂਰਦਰਸ਼ਨ ਇਹ ਜਿਹੜਾ ਰਹੇਗਾ ਜੀ ਇਹ 19 ਤਰੀਕ ਤੋਂ ਸਟਾਰਟ ਹੈ ਅੱਜ 17 ਤਰੀਕ ਹੋ ਗਈ ਜੀ 19 ਮਈ ਤੋਂ ਇਹ ਸਟਾਰਟ ਹੋਣਗੀ ਤਾਂ ਤੁਹਾਡੇ ਕੋਲ ਬੱਚਿਆਂ ਨੂੰ ਇਹ ਮੈਸੇਜ ਪਹੁੰਚਾਉਣ ਦੇ ਲਈ ਦੋ ਦਿਨ ਦਾ ਟਾਈਮ ਹੈ ਜੀ ਤੁਸੀਂ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰਨਾ ਹੈ ਤੁਸੀਂ ਇੱਕ ਵੀਡੀਓ ਇਸ ਨੂੰ ਸ਼ੇਅਰ ਕਰਨ ਦੇ ਨਾਲ ਜਿਹੜੇ ਗਰੀਬ ਬੱਚੇ ਨੇ ਉਹਨਾਂ ਦਾ ਬਹੁਤ ਭਲਾ ਕਰ ਸਕਦੇ ਹੋ ਜੀ ਜੇਕਰ ਤੁਸੀਂ ਟੀਚਰ ਹੋ ਤੁਹਾਡੇ ਕੋਲ ਗਰੁੱਪਸ ਬਣੇ ਹੋਏ ਹੈ ਜੀ ਤੁਸੀਂ ਉਹਨਾ ਗਰੁੱਪ ਦੇ ਵਿੱਚ ਇਸ ਨੂੰ ਜ਼ਰੂਰ ਸ਼ੇਅਰ ਕਰਨਾ ਵੱਧ ਤੋਂ ਵੱਧ ਤੇ ਹੋਰ ਜੋ ਵੀ ਤੁਹਾਡਾ ਮੈਥਡ ਹੁੰਦਾ ਜੀ ਤੁਸੀਂ ਉਸ ਦੇ ਦੁਆਰਾ ਜ਼ਰੂਰ ਸ਼ੇਅਰ ਕਰਨਾ ਮੈਂ ਦੱਸ ਦਿੰਦਾ ਜੀ ਕਿਸ ਤਰੀਕੇ ਦੇ ਨਾਲ ਕਲਾਸਾਂ ਰਹਿਣਗੀਆਂ 19 ਮਈ ਤੋਂ ਇਹ ਸਟਾਰਟ ਹੋਣਗੀਆਂ ਜੀ ਡੇਟ ਤੁਸੀਂ ਧਿਆਨ ਰੱਖਣੀ ਹੈ 19 ਮਈ ਤੋਂ ਸਟਾਰਟ ਹੋਣਗੀਆਂ ਕਲਾਸਿਸ ਤੀਜੀ ਤੋਂ ਲੈ ਕੇ ਪੰਜਵੀਂ ਕਲਾਸ ਦੀ ਜਿਹੜੀ ਕਲਾਸਿਸ ਹੋਣਗੀਆਂ ਜੀ ਪ੍ਰਾਇਮਰੀ ਦੀ ਹੋਣਗੀਆਂ 1 ਵਜੇ ਤੋਂ ਲੈ ਕੇ ਦੁਪਹਿਰ ਦੇ 1 ਵਜੇ ਤੋਂ ਲੈ ਕੇ ਯਾਦ ਰੱਖਣਾ ਜੀ ਟਾਈਮ ਯਾਦ ਰੱਖਣਾ అలਾਰਮ ਸੈੱਟ ਕਰ ਲਓ ਜੀ ਤੁਸੀਂ ਆਪਣੇ ਬੱਚਿਆਂ ਦੇ ਲਈ ਇੱਕ ਘੰਟਾ ਟੀਵੀ ਨਾ ਵੇਖ ਕੇ ਬੱਚਿਆਂ ਨੂੰ ਕਾਰਟੂਨ ਨੈਟਵਰਕ ਨਾ ਵਿਖਾ ਕੇ ਬੱਚਿਆਂ ਨੂੰ ਹੋਰ ਜਿਹੜੇ ਚੈਨਲ ਵੇਖਦੇ ਆ ਉਹ ਛੱਡ ਕੇ ਤੁਸੀਂ 1 ਵਜੇ ਤੋਂ ਲੈ ਕੇ 2 ਵਜੇ ਤੱਕ ਉਹਨਾਂ ਨੂੰ ਟੀਵੀ ਉੱਤੇ ਸਿਰਫ ਅਤੇ ਸਿਰਫ ਜਿਹੜੀ ਉਹਨਾਂ ਦੀ ਕਲਾਸਿਸ ਚੱਲਦੀ ਹੈ ਉਹ ਵੇਖਣ ਲਈ ਕਹੋਗੇ ਤੀਜੀ ਕਲਾਸ ਤੋਂ ਲੈ ਕੇ ਪੰਜਵੀਂ ਕਲਾਸ ਦੇ ਜਿਹੜੇ ਆਨਲਾਈਨ ਟੌਪਿਕ ਹੋਣਗੇ ਉਹ ਹੋਣਗੇ ਜੀ ਇਹ ਕਲਾਸਿਸ ਲਗਾਤਾਰ ਰਹਿਣਗੀਆਂ 19 20 21 22 23 24 25 26 27 28 29 30 31 1 ਤਾਂ ਇਹ ਕਦੋਂ ਤੱਕ ਰਹੇਗਾ ਜੀ ਇਹ 17 ਜੁਲਾਈ ਤੱਕ ਇਹ 17 ਜੁਲਾਈ ਤੱਕ ਕਲਾਸਿਸ ਹੋਣਗੀਆਂ ਤਾਂ ਹੁਣ ਜੀ ਤੁਸੀਂ ਆਪਣਾ ਬੱਚਿਆਂ ਦੇ ਲਈ ਰੋਜ਼ ਦਾ 1 ਘੰਟਾ 1 ਵਜੇ ਤੋਂ ਲੈ ਕੇ 2 ਵਜੇ ਤੱਕ ਜਿਹੜਾ ਉਹਨਾਂ ਦਾ ਟਾਈਮ ਹੋਏਗਾ ਜੀ ਉਹ ਸਿਰਫ ਤੇ ਸਿਰਫ ਡੀਡੀ ਨੈਸ਼ਨਲ ਚੱਲਣਾ ਚਾਹੀਦਾ ਹੈ ਜੀ ਜਿਸ ਉਤੇ 3rd ਕਲਾਸ ਤੋਂ ਲੈ ਕੇ 5ਵੀਂ ਕਲਾਸ ਤੀ ਕਲਾਸਾਂ ਲੱਗਣੀਆਂ ਚਾਹੀਦੀਆਂ ਇਸ ਤੋਂ ਇਲਾਵਾ ਇੱਕ ਵੀਡੀਓ ਮੈਂ ਪਹਿਲਾਂ ਬਣਾਇਆ ਜੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਉਹਦਾ ਲਿੰਕ ਹੋਏਗਾ ਜਿਹੜੀ 6ਵੀਂ 7ਵੀਂ 8ਵੀਂ ਦੇ ਜਿਹੜੀ ਕਲਾਸਿਸ ਨੇ ਉਹ ਚੱਲ ਰਹੀਆਂ ਨੇ ਉਹ ਵੀ ਤੁਸੀਂ ਆਪਣੇ ਬੱਚਿਆਂ ਨੂੰ ਟੀਵੀ ਉਤੇ ਵਿਖਾ ਸਕਦੇ ਹੋ ਉਹਨਾਂ ਦਾ ਜਿਹੜਾ ਸ਼ਡਿਊਲ ਹੈ ਜੀ 4 ਵਜੇ ਤੋਂ ਲੈ ਕੇ 5 ਵਜੇ ਤੱਕ ਹੁੰਦਾ ਹੈ ਤੇ ਸਵੇਰੇ 9 ਵਜੇ ਤੋਂ ਲੈ ਕੇ 10 ਵਜੇ ਤੱਕ ਹੁੰਦਾ ਹੈ ਜੀ ਤਾਂ ਤੁਸੀਂ ਇਹ ਜਿਹੜੀ ਕਲਾਸਿਸ ਨੇ ਇਹ ਬੱਚਿਆਂ ਨੂੰ ਵਿਖਾ ਸਕਦੇ ਹੋ ਤੁਸੀਂ ਉਹਨਾਂ ਦੇ ਨਾਲ ਬਹਿਣਾ ਤੁਸੀਂ ਉਹਨਾਂ ਨੂੰ ਦੱਸਣਾ ਹੈ ਜੀ ਅੱਜ ਦਾ ਇਹ ਟੌਪਿਕ ਚੱਲ ਰਿਹਾ ਹੈ ਏਜ਼ ਅ ਪੇਰੈਂਟਸ ਏਜ਼ ਅ ਟੀਚਰ ਤੁਸੀਂ ਉਹਨਾਂ ਨੂੰ ਗਾਈਡ ਕਰਨਾ ਹੈ ਜੀ ਤੁਸੀਂ ਇਸ ਦੇ ਨਾਲ ਉਹਨਾਂ ਦਾ ਬਹੁਤ ਪਲਾ ਕਰ ਸਕਦੇ ਹੋ ਜੇਕਰ ਤੁਸੀਂ ਹਾਲੇ ਵੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਏ ਜੀ ਅਪਡੇਟਸ ਦੇ ਲਈ ਏ ਜੀ ਜਾਣਕਾਰੀ ਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਜੇਕਰ ਤੁਹਾਨੂੰ ਵੀਡੀਓ ਚੰਗਾ ਲੱਗਿਆ ਤਾਂ ਤੁਸੀਂ ਲਾਈਕ ਦੇ ਜਿਹੜਾ ਬਟਨ ਹੈ ਉਹਨੂੰ ਪ੍ਰੈਸ ਜ਼ਰੂਰ ਕਰ ਦਿਓ ਜੀ ਥੈਂਕ ਯੂ ਵੈਰੀ ਮਚ